ਯਮੀ ਸਿਆਦ ਦੇ ਮੁਖਵਤੇ ਸਦਰ ਤੇ ਵਜ਼ੀਰ ਆਜ਼ਮ ਨੇ ਵਕੂ ਵਕ ਪੇਗਾਮਾਂ ਵਿੱਚ ਇਸ ਅਜ਼ਮ ਨੂੰ ਦੁਹਰਾਇਆ ਹੈ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਹੱਕੇ ਖੁਦ ਇਰਾਦੇ ਦੀ ਹਿਮਾਇਤ ਜਾਰੀ ਰੱਖੇਗਾ। ਵਜ਼ੀਰ ਆਜ਼ਮ ਨੇ ਪੁਨਿਆਦੀ ਟਾਂਚੇ ਦੇ ਇਲਾਕਾਈ ਮਨਸੂਬਿਆਂ ਨੂੰ ਵੇਲੇ ਸਿਰ ਪੂਰਾ ਕਰਨ ਲਈ ਪੂਰ ਅਮਨ ਅਫਗਾਨਿਸਤਾਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਹੈ। ਪੰਜਾਬ ਵਿੱਚ ਸਿਹਤ ਦੇ ਸੂਬਾਈ ਵਜ਼ੀਰ ਨੇ ਲੋਕਾਂ ਉੱਤੇ ਜ਼ੋਰ ਦਿੱਤਾ ਹੈ ਕਿ ਉਹ ਕੋਰੋਨਾ ਵੈਕਸੀਨ ਦੀ ਜਾਰੀ ਮਹਿੰਮ ਤੋਂ ਫਾਇਦਾ ਚੁੱਕਦੇ ਹੋਣਾਂ। ਆਪਣੇ ਆਪ ਨੂੰ ਵੈਕਸੀਨ ਲੁਆਨ ਹੋਂ ਤੁਸੀਂ ਪੂਰੀਆਂ ਖਬਰਾਂ ਸੁਣਾ ਦੁਨੀਆ ਭਰਿਤ ਤੇ ਕੰਟਰੋਲ ਲਾਈਨ ਦੇ ਆਰ ਪਾਰ ਵਸਦੇ ਕਸ਼ਮੀਰੀ ਅੱਜ ਯੋਮੇ ਸਿਆ ਮਨਾ ਰਹੇ ਨੇ ਯੋ ਮੇਸੀ ਅਮਨ ਆਂਦਾ ਮਕਸਦ ਇਹ ਦੁਨੀਆ ਨੂੰ ਕਸ਼ਮੀਰ ਉਤੇ ਭਾਰਤੀ ਗੈਰ ਕਾਨੂੰਨੀ ਕਬਜ਼ੇ ਤੇ ਜ਼ੁਲਮ ਬਾਰੇ ਦਸਨਾ ਹੈ ਭਾਰਤੀ ਫੌਜ ਨੇ 1947 ਵਿੱਚ ਆਜ ਦੇ ਦਿਨ ਕਸ਼ਮੀਰੀ ਲੋਕਾਂ ਦੇ ਹੱਕ ਨੂੰ ਮਾਰਦਿਆਂ ਹੋਇਆਂ ਜੰਮੂ ਤੇ ਕਸ਼ਮੀਰ ਉਤੇ ਕਬਜ਼ਾ ਕੀਤਾ ਸੀ ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਹੱਕੇ ਖੁਦ ਇਰਾਦियत ਦੀ ਜਿਦਜੋਦ ਕਰਨ ਵਾਲੇ ਕਸ਼ਮੀਰੀਆਂ ਨੂੰ ਜ਼ੁਲਮ ਤੇ ਤਸ਼ੱਦਦ ਦਾ ਨਿਸ਼ਾਨਾ ਬਣਾ ਰਿਹਾ ਹੈ ਯੋਮ ਸਿਆਦ ਦੇ ਮੌਕੇ ਉਤੇ ਆਈ ਸੀ ਨਗਰ ਤੇ ਮਕਬੂਜ਼ਾ ਵਾਦੀ ਦੇ ਦੂਜੇ ਇਲਾਕਿਆਂ ਵਿੱਚ ਇhtijਾਜੀ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤੇ ਕਸ਼ਮੀਰ ਦੀ ਖਸੂਸੀ ਹیثیت ਖਤਮ ਕਰਨ ਦੇ ਭਾਰਤੀ ਗੈਰ ਕਾਨੂੰਨੀ ਕਾਰਵਾਈ ਦੀ ਮੁਸੰਮਤ ਕੀਤੀ ਜਾ ਰਹੀ ਹੈ ਸਦਰ ਡਾਕਟਰ ਆਰਿਫ ਅਲਵੀ ਤੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਯਕੀਨ ਦਵਾਇਆ ਹੈ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਹੱਕ ਖੁਦ ਇਰਾਦੀ ਦੀ ਹਮਾਇਤ ਜਾਰੀ ਰੱਖੇਗਾ ਕਸ਼ਮੀਰ ਦੇ ਦਿਵਸ ਸਿਆਦ ਦੇ ਮੌਕੇ ਉਤੇ ਆਪਣੇ ਵਕੂ ਵਕ ਪੈਗਾਮ ਹੈ ਉਹਨਾਂ ਆਲਮੀ ਬਰਾਦਰੀ ਨੂੰ ਆਖਿਆ ਹੈ ਕਿ ਉਹ ਭਾਰਤ ਨੂੰ ਮਕਬੂਜ਼ਾ ਕਸ਼ਮੀਰ ਭਾਰਤ ਨੂੰ ਮਕਬੂਜ਼ਾ ਜੰਮੂ ਤੇ ਕਸ਼ਮੀਰ ਦੇ ਇਨਸਾਨੀ ਕਮਾਤੋ ਰੋਕਣ ਲਈ ਅਮਲੀ ਕੰਮ ਕਰੇ ਆਪਣੇ ਪੈਗਾਮ ਸਦਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਝਗੜੇ ਦਾ ਇੱਕੋ ਹੀ ਹੱਲ ਹੈ ਕਿ ਸਲਾਮਤੀ ਕੌਂਸਲ ਦੀਆਂ ਕਰਾਰਦਾਦਾਂ ਉਤੇ ਅਮਲ ਕੀਤਾ ਜਾਏ ਜਿਨ੍ਹਾਂ ਇੱਚ ਕਸ਼ਮੀਰੀਆਂ ਨੂੰ ਉਹਨਾਂ ਦੀ ਖਾਹਿਸ਼ ਦੇ ਮੁਤਾਬਕ ਆਪਣੇ ਮਸਤਕਬਲ ਦਾ ਫੈਸਲਾ ਕਰਨ ਦਾ ਹੱਕ ਦਿੱਤਾ ਗਿਆ ਹੈ ਉਨਾ ਕਿ ਆ ਕਿ ਸਿਰਫ ਇਹੋ ਹੀ ਰਾਹ ਹੈ ਜਿਹਦੇ ਨਾਲ ਖਿੱਤੇ ਦੀ ਹਮੇਸ਼ਾ ਲਈ ਅਮਨ ਆ ਸਕਦਾ ਹੈ ਆਪਣੇ ਪੈਗਾਮੀਚ ਵਜ਼ੀਰ ਆਜ਼ਮ ਨੇ ਕਿਹਾ ਕਿ ਭਾਰਤ ਜੰਮੂ ਤੇ ਕਸ਼ਮੀਰ ਉਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਕਸ਼ਮੀਰੀਆਂ ਦੀ ਆਪਣੇ ਮਸਤਕਬਲ ਦਾ ਆਪੇ ਹੀ ਫੈਸਲਾ ਕਰਨ ਦੀ ਖਾਹਿਸ਼ ਨੂੰ ਦਬਾ ਰਿਹਾ ਹੈ ਕਸ਼ਮੀਰੀਆਂ ਦੇ ਯੋਮ-ਏ-ਸ਼ਿਆਦ ਦੇ ਮੌਕੇ ਉਤੇ ਖਾਰਜਾ ਮਾਮਲਿਆਂ ਦੀ ਵਿਜ਼ਾਰਤ ਅੱਜ ਹਾਂ ਮੈਂ ਕਸ਼ਮੀਰ ਹੂੰ ਬਾਰੇ ਇੱਕ ਗੀਤ ਜਾਰੀ ਕਰੇਗੀ ਇਹ ਗੀਤ ਪਾਕਿਸਤਾਨ ਦੀ ਯੂਥ ਪਾਰਲੀਮੈਂਟ ਦੇ ਤਾਹੂ ਨਾਲ ਜਾਰੀ ਕੀਤਾ ਜਾਏਗਾ। ਵਜ਼ੀਰ ਆਜ਼ਮ Imran Khan ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਅਮਨ ਨਾਲ ਹੀ ਢਾਂਚੇ ਬਾਰੇ ਇਲਾਕਾਈ ਮਨਸੂਬਿਆਂ ਨੂੰ ਵੇਲੇ ਸਿਰ ਮੁਕੰਮਲ ਕੀਤਾ ਜਾ ਸਕੇਗਾ। ਉਹ ਉਜ਼ਬਕਿਸਤਾਨ ਦੇ ਸਦਰ ਸ਼ੌਕਤ ਮਿਰਜ਼ਾਇਉਫ ਨਾਲ ਟੈਲੀਫੋਨ ਉਤੇ ਗੱਲਾਂ ਕਰ ਰਹੇ ਸਨ। ਵਜ਼ੀਰ ਆਜ਼ਮ ਨੇ ਦੂਜੀ ਵਾਰੀ ਸਦਾਰਤੀ ਇਲੈਕਸ਼ਨ ਜਿੱਤਣ ਉਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਵਜ਼ੀਰ ਆਜ਼ਮ ਨੇ ਤਜਾਰਤੀ ਤੇ ਮੁਆਸ਼ੀ ਰਾਬਤੇ ਵਧਾਨ ਉਤੇ ਜ਼ੋਰ ਦਿੱਤਾ ਤੇ ਕਿਹਾ ਕਿ ਪਾਕਿਸਤਾਨ ਅਫਗਾਨ ਰੇਲਵੇ ਰਾਹਦਾਰੀ ਮਨਸੂਬੇ ਦੀ ਹਮਾਇਤ ਕਰਦਾ ਹੈ ਜਿਹਦੇ ਨਾਲ ਅਮਲੇ ਦੇ ਖਿੱਤੇ ਦੇ ਮੁਲਕਾਂ ਵਿੱਚ ਰਾਬਤੇ ਵਧਣਗੇ ਦੁਆ ਲੀਡਰ ਨੇ ਆਲਾ ਸਤਾ ਉਤੇ ਰਾਬਤੇ ਜਾਰੀ ਰੱਖਣ ਉਤੇ ਇਤਫਾਕ ਕੀਤਾ ਤਾਂ ਜੇ ਮੁਆਸ਼ੀ ਤਜਾਰਤੀ ਤਾਵਨ ਸਰਮਾਇਆਕਾਰੀ ਵਧਾਈ ਜਾ ਸਕੇ ਉਨਾ ਤਵਨਾਈ ਸਿਕਿਉਰਿਟੀ ਤੇ تعلیمی ਚੋਬੇਚ ਵੀ ਤਾਵਨ ਵਿਧਾਨ ਉਤੇ ਇਤਫਾਕ ਕੀਤਾ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਬਰਤਾਨੀਆ ਦੇ ਸ਼ਹਿਜ਼ਾਦੇ ਚਾਰਲਸ ਨਾਲ ਟੈਲੀਫੋਨ ਉਤੇ ਗੱਲ ਕੀਤੀ ਤੇ ਉਹਨਾਂ ਨਾਲ ਇਤਵਾਰ ਤੋਂ ਗਲਾਸਕੋ ਵਿੱਚ ਹੋਣ ਵਾਲੀ ਮਾਹੌਲੀਆਤੀ ਤਬਦੀਲੀ ਬਾਰੇ ਕਾਨਫਰੰਸ ਬਾਰੇ ਸਲਾਹ ਮਸ਼ਵਰਾ ਕੀਤਾ ਵਜ਼ੀਰ ਆਜ਼ਮ ਨੇ ਕਿਹਾ ਕਿ ਸਾਰੇ ਮੁਲਕਾਂ ਨੂੰ ਮਾਹੌਲ ਦੀ ਤਬਦੀਲੀ ਨਾਲ ਨਿਬੜਨ ਲਈ ਮੁਸ਼ਤਰਕਾ ਉਸੂਲ ਤੇ ਜ਼ਾਬਤਿਆਂ ਨਾਲ ਆਪਣੇ ਆਪਣੇ ਮਾਹੌਲੀਆਤੀ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਟੀ20 ਵਰਲਡ ਕੱਪ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਉਣ ਉਤੇ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਮੁਬਾਰਕਬਾਦ ਦਿੱਤੀ ਕਿ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਪਾਕਿਸਤਾਨ ਬਾਲਰਾਂ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ ਵਜ਼ੀਰ ਆਜ਼ਮ ਨੇ ਕਿਹਾ ਕਿ ਇੱਕ ਚੰਗੀ ਟੀਮ ਹਾਰਨ ਉਤੇ ਆਪਣੀ ਖਾਮੀਆਂ ਤੇ ਗਲਤੀਆਂ ਦਾ ਜਾਇਜ਼ਾ ਲੈਂਦੀ ਹੈ ਜਦਕਿ ਇੱਕ ਚੰਗੀ ਜਿੱਤਨ ਉਤੇ ਵੀ ਆਪਣੀ ਖੇਡ ਦਾ ਜਾਇਜ਼ਾ ਲੈਂਦੀ ਹੈ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਸਾਊਦੀ ਅਰਬ ਦੇ ਤਰੱਕੀਆਤੀ ਫੰਡਸ ਨੇ ਪਾਕਿਸਤਾਨੀ ਹਕੂਮਤ ਨੂੰ ਸਟੇਟ ਬੈਂਕ ਪਾਕਿਸਤਾਨ ਵਿੱਚ 3 ਅਰਬ ਡਾਲਰ ਜਮ੍ਹਾਂ ਕਰਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਪਾਕਿਸਤਾਨ ਦੇ ਗੈਰ ਮੁਲਕੀ ਜ਼ਰੇ ਮੁਬਾਦਲਾ ਦੇ ਜ਼ਖੀਰੇ ਬਿਹਤਰ ਹੋ ਸਕਣ ਤੇ ਹਕੂਮਤ ਕੋਰੋਨਾ ਵਬਾ ਨਾਲ ਨਿਬੜ ਸਕੇ ਸਾਊਦੀ ਖਬਰ ਰਸਾਂ ਏਜੰਸੀ ਨੇ ਦੱਸਿਆ ਹੈ ਕਿ ਇਹ ਰਕਮ ਉਧਾਰ ਤੇ ਲੈਣ ਦੀ ਸਹੂਲਤ ਦੇ ਇਲਾਵਾ ਹੈ ਸਾਊਦੀ ਅਰਬ ਇਸ ਸਾਲ ਪਾਕਿਸਤਾਨ ਨੂੰ 1 ਅਰਬ 20 ਕਰੋੜ ਡਾਲਰ ਦਾ ਸਾਲਾਨਾ ਉਧਾਰ ਤੇਲ ਵੀ ਦੇ ਰਿਹਾ ਹੈ ਉਧਰ ਤੋਂ ਵਨਾਏ ਤੇ ਵਜ਼ੀਰ ਹਮਾਦ ਅਜ਼ਰ ਨੇ ਟਵੀਟ ਵਿੱਚ ਕਿਹਾ ਹੈ ਕਿ ਸਾਊਦੀ ਤਰਕਿਆਤੀ ਫੰਡਸ ਦੇ ਸਟੇਟ ਬੈਂਕ ਵਿੱਚ 3 ਅਰਬ ਡਾਲਰ ਜਮ੍ਹਾਂ ਕਰਾਣ ਤੇ ਉਧਾਰ ਤੇਲ ਮਿਲਨ ਨਾਲ ਸਾਡੀ ਤਜਾਰਤ ਤੇ ਸਟਾਕ ਮਾਰਕੀਟ ਉੱਤੇ ਦਬਾਅ ਘਟੇਗਾ ਪੰਜਾਬ ਵਿੱਚ ਇਤਲਾਮ ਦੇ ਖੁਸ਼ੂਸੀ ਮਾਮਨ ਤੇ ਸੁਭਾਈ ਹਕੂਮਤ ਦੇ ਤਰਜਮਾਨ ਹਸਾਨ ਖਾਵਰ ਨੇ ਕਿਹਾ ਹੈ ਕਿ ਹਕੂਮਤ ਨੇ ਗਰੀਬਾਂ ਦੀ ਮਦਦ ਲਈ ਅਹਿਸਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੁਸਲਿਮ ਲੀਗ ਨੂਨ ਵੱਲੋਂ تنقید ਦਾ جواب ਦਿੰਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਹਕੂਮਤ ਅਹਿਸਾਸ ਪ੍ਰੋਗਰਾਮ ਦੇ ਤਹਿਤ ਆਵਾਮੀ ਭਲਾਈ ਦੇ 290 ਪ੍ਰੋਗਰਾਮਾਂ ਉਤੇ ਅਮਲ ਕਰ ਰਹੀ ਹੈ ਤੇ ਇਹ ਕੰਮ اپੋਜੀਸ਼ਨ ਦਾ ਮੂੰਹ ਬੰਦ ਕਰਨ ਲਈ ਬੜਾ ਹੈ ਖਸੂਸੀ ਮੁਹਾਵਨ ਦਾ ਕਹਿਣਾ ਸੀ ਕਿ ਅਹਿਸਾਸ ਪ੍ਰੋਗਰਾਮ ਦੇ ਤਹਿਤ ਰਜਿਸਟਰਡ ਗਰੀਬ ਖਾਨਦਾਨਾਂ ਨੂੰ 12000 ਰੁਪਏ ਦਿੱਤੇ ਜਾ ਰਹੇ ਨੇ ਜਦਕਿ 100 ਤੋਂ ਵੱਧ ਜ਼ਿਲ੍ਹਿਆਂ ਵਿੱਚ ਛੋਟੇ ਕਾਰੋਬਾਰ ਲਈ ਸੂਤ ਤੋਂ ਪਾਕ ਕਰਜ਼ੇ ਵੀ ਦਿੱਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਜੁਲਾਈ 2019 ਤੋਂ ਹੁਣ ਤੱਕ 15000 ਲੋਕਾਂ ਨੂੰ 53 ਅਰਬ ਰੁਪਏ ਦੇ ਕਰਜ਼ੇ ਦਿੱਤੇ ਗਏ ਨੇ ਪੰਜਾਬ ਵਿੱਚ ਸਿਹਤ ਦੀ ਵਜ਼ੀਰ ਡਾਕਟਰ ਯਾਸਮੀਨ ਰਾਸ਼ਿਦ ਨੇ ਲੋਕਾਂ ਨੂੰ ਆਖਿਆ ਹੈ ਕਿ ਸੂਬੇ ਵਿੱਚ ਕੋਰੋਨਾ ਵੈਕਸੀਨ ਲਵਾਉਣ ਵਾਲੀ ਵੱਡੀ ਮੁਹਿੰਮ ਚੱਲ ਰਹੀ ਹੈ ਤੇ ਉਹ ਆਪਣੇ ਆਪ ਨੂੰ ਵੈਕਸੀਨ ਲੁਆਣ ਉਹਨਾਂ ਕਹੇ وزیਰੇ ਆਲਾ ਸਰਦਾਰ ਉਸਮਾਨ ਬੁਸਤਾਰ ਲੋਕਾਂ ਨੂੰ ਫੌਰੀ ਵੈਕਸੀਨ ਲੁਆਣ ਦੀ ਮੁਹਿੰਮ ਦਾ ਆਪੇ ਉਹਨਾਂ ਨੇ ਇਫਤਤਾਹ ਕੀਤਾ ਤੇ ਕੋਈ 1.5 ਕਰੋੜ ਲੋਕਾਂ ਨੂੰ ਵੈਕਸੀਨ ਲਾਈ ਜਾਏਗੀ ਸੁਬਾਈ ਵਜ਼ੀਰ ਨੇ ਦੱਸਿਆ ਕਿ وزیਰੇ ਆਲਾ ਮੁਹਿੰਮ ਦੀ ਆਪੇ ਨਿਗਰਾਨੀ ਕਰ ਰਹੇ ਨੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ 14000 ਨਵੇਂ ਸੈਂਟਰ ਬਣਾਏ ਗਏ ਨੇ ਜਿੱਥੇ ਲੋਕ ਜਾ ਕੇ ਵੈਕਸੀਨ ਲਵਾ ਸਕਦੇ ਨੇ ਜ਼ਿਲ੍ਹਾ ਇੰਤਜ਼ਾਮੀਤ ਸੇ ਦਾ ਜ਼ਿਲ੍ਹਾ ਮਹਿਕਮਾ ਇਸ ਹਵਾਲੇ ਨਾਲ ਪੂਰਾ ਤਾਵੁਨ ਕਰੇਗਾ ਉਧਰ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਵੈਕਸੀਨ ਲਾਣ ਦੀ ਮਹਿੰਮ ਜ਼ੋਰੋ ਸ਼ੋਰ ਨਾਲ ਜਾਰੀ ਹੈ ਤੇ ਕੋਈ 7 ਲੱਖ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਮਹਿਕਮੇ ਦੇ ਤਰਜਮਾਨ ਦਾ ਕਹਿਣਾ ਹੈ ਕਿ ਇਸ ਮਹਿੰਮ ਦੇ ਦੌਰਾਨ ਹਰ 5 ਸੈਕਿੰਡ ਵਿੱਚ 300 ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ ਐਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤਫ਼ਸੀਲਾਂ ਲਈ ਸਾਡੀ ਵੈਬਸਾਈਟ e.radio.gov.pk ਤੇ ਐਸ ਵੇਲੇ ਦਾ ਬੁਲੇਟਿਨ ਰੇਡੀਓ ਪਾਕਿਸਤਾਨ ਦੇ ਫੇਸਬੁੱਕ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਉਤੇ ਵੇਖਿਆ ਤੇ ਸੁਨਿਆ ਜਾ ਸਕਦਾ ਹੈ